ਜੀਵਨ ਭਾਈ ਗੁਰਮੁਖ ਸਿੰਘ ਜੀ ਉੜੀਸਾ ਭਾਈ ਗੁਰਮੁਖ ਸਿੰਘ ਉੜੀਸਾ ਭਾਰਤ ਦੇ ਉੜੀਸਾ ਪ੍ਰਾਂਤ ਦੇ ਹਿੰਦੂ ਘਰਾਣੇ ਦਾ ਜੰਮ ਪਲਸੀ ਗਰੀਬੀ ਕਾਰਨ ਛੋਟੀ ਉਮਰੇ ਕਲਕੱਤੇ ਆ ਕੇ ਛੋਟੀ ਮੋਟੀ ਨੌਕਰੀ ਕਰਨ ਲੱਗ ਪਿਆ ਪਿਛਲੇ ਜਨਮਾਂ ਦੇ ਸੰਸਕਾਰ ਕਰਕੇ ਗੁਰਦੁਆਰਾ ਜਗਤ ਸੁਧਾਰ ਦਰਸ਼ਨ ਕਰਨੇ ਅਤੇ ਹੋਰਨਾਂ ਗੁਰੂ ਘਰਾਂ ਵਿੱਚ ਜਾ ਕੇ ਵੀ ਪ੍ਰੇਮ ਨਾਲ ਲੰਗਰ ਦੇ ਬਰਤਨ ਭਾਂਡੇ ਮਾਂਜਣ ਦੀ ਸੇਵਾ ਕਰੀ ਜਾਣੀ ਹੌਲੀ ਹੌਲੀ ਕਲਕੱਤੇ ਸਾਧੂਆਂ ਦੇ ਦਰਸ਼ਨ ਕਰਦੇ ਰਹਿਣ ਨਾਲ ਤੇ ਸੰਤ ਅਜਾਇਬ ਸਿੰਘ ਜੀ ਦਾ ਰਸ ਭਰਿਆ ਕੀਰਤਨ ਕਥਾ ਸੁਣ ਕੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਅਨਮੋਲ ਬਚਨ ਅਤੇ ਹੋਰਨਾ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਅਤੇ ਗੁਰਮਤ ਦੇ ਭਿੱਜੇ ਬਚਨ ਸੁਣ ਸੁਣ ਕੇ ਗੁਰਮੁਖ ਸਿੰਘ ਦਾ ਮਨ ਸਿੱਖੀ ਵੱਲ ਪ੍ਰੇਰਿਆ ਗਿਆ Hindu ਹੁੰਦਿਆਂ ਹੋਇਆਂ ਕੇਸ ਰੱਖ ਲਏ ਹੁਣ ਫੈਕਟਰੀ ਦੀ ਨੌਕਰੀ ਤੋਂ ਬਾਅਦ ਵਾਧੂ ਸਮਾਂ ਆ ਕੇ ਲੰਗਰ ਤੇ ਸੰਗਤ ਦੀ ਸੇਵਾ ਕਰਕੇ ਮਨ ਪੂਰਾ ਰਸ ਵਿੱਚ ਰਹਿਣ ਲੱਗ ਪਿਆ ਇੰਨੇ ਕੁ ਸਮੇਂ ਵਿੱਚ ਸੰਗਤ ਦੇ ਪ੍ਰੇਮ ਤੇ ਮਹਾਨ ਉਦਮ ਕਰਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 150 ਵਿਦਿਆਰਥੀਆਂ ਸਮੇਤ ਕਲਕੱਤੇ ਪੁੱਜੇ ਜਗਤ ਸੁਧਾਰ ਗੁਰਦੁਆਰੇ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦਰਸ਼ਨ ਕਰਦੀ 101 ਸ੍ਰੀ ਅਖੰਡ ਪਾਠਾਂ ਦੀ ਲੜੀ ਚੱਲ ਪਈ ਸੇਵਾ ਦਾ ਮਹਾਨ ਕੁੰਭ ਆਰੰਭ ਹੋ ਗਿਆ ਕਥਾ ਸਮੇਂ ਵਿਦਿਆਰਥੀਆਂ ਦਾ ਪੋਥੀਆਂ ਪ੍ਰਕਾਸ਼ ਕਰਕੇ ਕਥਾ ਸੁਣਨਾ ਇਹ ਨਜ਼ਾਰਾ ਅਲੌਕਿਕ ਹੀ ਹੁੰਦਾ ਜੋ ਕਥਾ ਤੋਂ ਬਾਹਰ ਹੈ ਗੁਰਮੁਖ ਸਿੰਘ ਦਾ ਮਨ ਗੁਰਮਤ ਦੀ ਵਿਦਿਆ ਪੜਨ ਵਿੱਚ ਖਿੱਚਿਆ ਗਿਆ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਬੇਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਅਨੁਸਾਰ ਇੱਕ ਦਿਨ ਕੁਝ ਫਲ ਲੈ ਕੇ ਮਹਾਪੁਰਖਾਂ ਦੇ ਦਰਸ਼ਨ ਕੀਤੇ ਦੋ ਹੱਥ ਜੋੜ ਕੇ ਚਰਨਾਂ ਤੇ ਸੀਸ ਰੱਖਣ ਲੱਗਾ ਸੰਤਾ ਕਹਾ ਪ੍ਰੇਮੀਆਂ ਮੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕੀ ਦਾ ਗੁਰੂ ਕੀ ਫਤਿਹ ਬੁਲਾਈਦੀ ਹੈ ਕੋਲ ਹੀ ਬੈਠੇ ਕੁਝ ਕੋ ਪ੍ਰਬੰਧਕ ਸਜਣ ਕਹਿਣ ਲੱਗੇ ਮਹਾਪੁਰਖੋ ਇਹ ਹਿੰਦੂ ਘਰਾਣੇ ਦਾ ਪ੍ਰੇਮੀ ਹੈ ਕੇਸ ਅਜੇ ਹੁਣੇ ਹੀ ਆਪ ਜੀ ਦੀ ਕਥਾ ਦੇ ਅਸਰ ਕਰਕੇ ਰੱਖੇ ਹਨ ਇਸ ਦੀ ਇੱਛਾ ਹੈ ਕਿ ਆਪ ਜੀ ਦੇ ਜਥੇ ਵਿੱਚ ਭਰਤੀ ਹੋ ਕੇ ਵਿਦਿਆ ਪੜੇ ਇਹ ਬਹੁਤ ਪ੍ਰੇਮੀ ਹੈ ਸੇਵਾ ਬਹੁਤ ਕਰਦਾ ਹੈ ਸਾਰੀ ਸੰਗਤ ਇਸ ਦੀ ਸੇਵਾ ਤੇ ਖੁਸ਼ ਹੈ ਸੰਤਾ ਕਹਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣੇ ਜਥੇ ਵਿੱਚ ਰਹਿਣ ਦੀਆਂ ਗੁਰਮਤ ਅਨੁਸਾਰ ਸ਼ਰਤਾਂ ਹਨ ਜੇ ਉਹਨਾਂ ਨਿਯਮਾਂ ਵਿੱਚ ਰਹੇਗਾ ਤਾਂ ਜਥੇ ਵਿੱਚ ਵਿਦਿਆ ਪੜੇ ਬਸ ਇਹ ਗੱਲ ਸੁਣ ਕੇ ਗੁਰਮukh ਸਿੰਘ ਦੇ ਮਨ ਵਿੱਚ ਬਹੁਤ ਚਾਹ ਪੈਦਾ ਹੋਇਆ ਅੰਮ੍ਰਿਤ ਪਾਣ ਕੀਤਾ ਕਰਮਚੰਦ ਤੋਂ ਨਾਂ ਗੁਰਮukh ਸਿੰਘ ਪੰਜਾਂ ਪਿਆਰਿਆਂ ਨੇ ਰੱਖਿਆ ਸ਼ਾਮ ਨੂੰ ਸੰਤਾਂ ਨੇ ਗਿਆਨੀ ਪ੍ਰੀਤਮ ਸਿੰਘ ਨੂੰ ਬੁਲਾਇਆ ਤੇ ਹੁਕਮ ਹੋਇਆ ਇਹ ਪ੍ਰੇਮੀ ਹਿੰਦੂ ਘਰਾਣੇ ਦਾ ਹੈ ਸਿੰਘ ਸਜ ਗਿਆ ਹੈ ਜਥੇ ਵਿੱਚ ਭਰਤੀ ਹੋ ਕੇ ਵਿਦਿਆ ਪੜਨ ਦਾ ਸ਼ੌਂਕ ਹੈ ਇਸ ਦਾ ਨਾਂ ਅੱਜ ਪੰਜ ਪਿਆਰਿਆਂ ਨੇ ਗੁਰਮੁਖ ਸਿੰਘ ਰੱਖਿਆ ਹੈ ਤੂੰ ਜਥੇ ਦੇ ਸਿੰਘਾਂ ਦੀ ਲਿਸਟ ਵਿੱਚ ਇਸ ਦਾ ਨਾਮ ਦਰਜ ਕਰ ਲਈ ਹੈ ਵੀ ਗੁਰਮੁਖ ਤੇ ਨਾਮ ਵੀ ਗੁਰਮੁਖ ਸਿੰਘ ਹੈ ਕੋਲ ਹੀ ਬਾਬਾ ਲਾਹੌਰਾ ਸਿੰਘ ਜੀ ਬੈਠੇ ਸਨ ਸੰਤਾ ਨੇ ਕਿਹਾ ਲਾਹੌਰਾ ਸਿੰਘ ਜੀ ਇਹ ਪ੍ਰੇਮੀ ਹਿੰਦੀ ਸਕੂਲ ਵਿੱਚ ਪੜਿਆ ਹੈ ਤੇ ਗੁਰਮੁਖੀ ਦੇ ਅੱਖਰ ਵੀ ਪੜ ਲੈਂਦਾ ਹੈ ਇਹਨੂੰ ਕੋਲ ਰੱਖ ਕੇ ਪੜਾਈ ਕਰਾਉਣੀ બસ ਜਥੇ ਵਿੱਚ ਭਰਤੀ ਹੋ ਕੇ ਬਾਬਾ ਲਾਹੌਰਾ ਸਿੰਘ ਜੀ ਪਾਸੋਂ ਕਰਤਾਰ ਸਿੰਘ ਪ੍ਰੇਮੀ ਪਾਸੋਂ ਤੇ ਕਿਸ਼ਨ ਸਿੰਘ ਜੀ ਪਾਸੋਂ ਵਿਦਿਆ ਪ੍ਰਾਪਤ ਕਰਕੇ ਹੌਲੀ-ਹੌਲੀ ਅਖੰਡ ਪਾਠੀ ਬਣ ਗਿਆ ਨਿਤਨੇਮ ਦੀਆਂ ਬਾਣੀਆਂ ਕੰਠ ਕਰ ਲਈਆਂ ਪਰ ਜ਼ਿਆਦਾ ਰੁਚੀ ਸੇਵਾ ਤੇ ਸਿਮਰਨ ਵਿੱਚ ਹੁਣ ਕਰਕੇ ਲੰਗਰ ਦੀ ਅਣਥੱਕ ਸੇਵਾ ਕਰਨੀ ਦਾਲਾਂ ਸਬਜ਼ੀਆਂ ਬਣਾਉਣੀਆਂ ਅੱਗ ਬਾਲਣ ਆਟਾ ਗੁੰਨਣਾ ਰੋਟੀਆਂ ਪਕਾਉਣ ਭਾਂਡੇ ਮਾਂਜਣ ਤੇ ਲੰਗਰ ਵਰਤਾਉਣ ਆਦ ਦੀ ਹਰ ਤਰ੍ਹਾਂ ਦੀ ਸੇਵਾ ਬੜੇ ਚਾ ਉਤਸ਼ਾਹ ਉਦਮ ਸ਼ਰਧਾ ਪਿਆਰ ਨਿਮਰਤਾ ਤੇ ਸਦਕ ਦਿਲੀ ਨਾਲ ਕਰਦਾ ਰਿਹਾ ਜਦੋਂ ਤੋਂ ਸੰਤਾਂ ਦਾ ਸਰੀਰ ਢਿੱਲਾ ਹੋਇਆ ਤਦੋਂ ਤੋਂ ਸੰਤਾਂ ਦੀ ਮੁੱਠੀ ਚਾਪੀ ਵੀ ਕਰਦਾ ਰਿਹਾ ਗਰਮੀ ਵਿੱਚ ਪੱਖਾ ਚੱਲਣ ਦੀ ਸੇਵਾ ਕਰਦਾ ਜ਼ਿਆਦਾਤਰ ਉਸ ਸਮੇਂ ਸੰਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਜਿਸ ਸਮੇਂ ਹੋਰ ਕੋਈ ਸੇਵਾਦਾਰ ਹਾਜ਼ਰ ਨਾ ਹੁੰਦਾ ਅੰਮ੍ਰਿਤ ਵੇਲੇ ਸੰਤਾਂ ਨੂੰ ਇਸ਼ਨਾਨ ਕਰਾਉਣ ਸਮੇਂ ਵੀ ਹੋਰ ਸਿੰਘਾਂ ਨੂੰ ਨਾਲ ਸੇਵਾ ਵਿੱਚ ਪੂਰਾ ਹਿੱਸਾ ਪਾਉਂਦਾ ਜਥੇ ਦਾ ਲੰਗਰ ਤਿਆਰ ਕਰਨ ਵਾਲੇ ਜਥੇ ਦੇ ਲਾングਰੀ ਸਿੰਘਾਂ ਨੂੰ ਤੇ ਜਥੇ ਦੇ ਬਜ਼ੁਰਗ ਸਿੰਘਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦਾ ਭਾਵੇਂ ਇੱਕ ਹੋਵੇ ਭਾਵੇਂ 2 3 4 ਵੀ ਹੋ ਜਾਣ ਪਰ ਨਿਤਨੇਮ ਜਰੂਰ ਕਰਦਾ ਸੇਵਾ ਕਰਦਾ ਅੱਕਦਾ ਥੱਕਦਾ ਨਹੀਂ ਸੀ ਆਲਸ ਅਤੇ ਦਲਿੱਦਰ ਗੁਰਮੁਖ ਸਿੰਘ ਦੇ ਲਾਗੇ ਨਾਮ ਮਾਤਰ ਵੀ ਨਹੀਂ ਸੀ ਸੰਤ ਇਸ ਦੇ ਸੇਵਾ ਸਿਮਰਨ ਤੇ ਨਿਮਰਤਾ ਵਾਲੇ ਸੁਭਾਅ ਤੇ ਬਹੁਤ ਪ੍ਰਸੰਨ ਸਨ ਸਰਬੰਸ দান ਕਰਨਾ ਇੱਕ ਵਾਰ ਗੁਰਮੁਖ ਸਿੰਘ ਜੀ ਉੜੀਸਾ ਕੁਝ ਮਾਇਆ ਜੋ ਉਸ ਪਾਸ ਸੀ ਸਰਦੀਆਂ 'ਚ ਉੱਪਰ ਲੈਣ ਵਾਲੀ ਗਰਮ ਲੋਈ ਚਾਦਰ ਕੁਝ ਹੋਰ ਬਸਤਰ ਕੁਝ ਗ੍ਰੰਥ ਪੁਸਤਕਾਂ ਗੁਟਕਾ ਪੋਥੀਆਂ ਆਪਣਾ ਝੋਲਾ ਟਰੰਕ ਤੇ ਗੜਵਾ ਮਤਲਬ ਇਹ ਕਿ ਸਰੀਰ ਤੇ ਪਹਿਨੇ ਬਸਤਰਾਂ ਤੋਂ ਇਲਾਵਾ ਜੋ ਵੀ ਸਮਾਨ ਉਸ ਪਾਸ ਸੀ ਉਸ ਨੇ ਇਸ ਉਸ ਸੰਤਾਂ ਦੇ ਪਲੰਘ ਪਾਸ ਇੱਕ ਮੇਜ਼ ਤੇ ਲਿਆ ਕੇ ਰੱਖ ਦਿੱਤਾ ਤੇ ਮਸਤਾਨੀ ਤੇ ਨਾਮ ਪ੍ਰੇਮ ਰੰਗ ਰੰਗੀ ਬਿਰਤੀ ਚ ਕਹਿਣ ਲੱਗਾ ਮਹਾਰਾਜ ਮੇਰੀ ਭੇਟਾ ਪ੍ਰਵਾਨ ਕਰੋ ਉਸ ਦੀ ਅੰਤਰ ਆਤਮਾ ਦੇ ਪੂਰੇ ਜਾਨੂ ਸੰਤ ਜੀ ਦਰਵ ਗਏ ਤੇ ਪਲੰਗ ਤੋਂ ਉੱਠ ਕੇ ਖੜੇ ਹੋ ਕੇ ਅਰਦਾਸ ਵਿੱਚ ਜੁੜ ਗਿਆ ਉੜੀਸਾ ਜੀ ਦੀ ਇਸ ਭੇਟਾ ਦੀ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਭਾਈ ਗੁਰਮੁਖ ਸਿੰਘ ਉੜੀਸਾ ਆਪ ਦੀ ਸੰਗਤ ਦੀ ਭੇਟਾ ਆਪਣਾ ਸਰਬੰਸ ਦਾਨ ਕਰਦਾ ਹੈ ਇਸ ਨੂੰ ਆਪਣੇ ਨਾਮ ਰੰਗ ਵਿੱਚ ਰੰਗੀ ਰੱਖਣਾ ਤੇ ਲੋਕ ਪਰਲੋਕ ਵਿੱਚ ਆਪਣੇ ਅੰਗ ਸੰਗ ਰੱਖਣਾ ਇਹ ਅਰਦਾਸ ਕੀ ਸੀ ਕਿ ਸੁਣਨ ਵਾਲਿਆਂ ਦੇ ਨੇਤਰ ਸੱਜਲ ਹੋ ਗਏ ਤੇ ਅਧਪਤ ਰਸਛਾ ਗਿਆ ਉੜੀਸਾ ਜੀ ਦੀ ਆਤਮਾ ਗਦਗਦ ਹੋ ਗਈ ਸਿੰਘਾਂ ਦੇ ਪੁੱਛਣ ਤੇ ਕਿ ਮਹਾਰਾਜ ਇਹ ਮਾਮੂਲੀ ਵਸਤੂਆਂ ਜਿਹੜੀਆਂ ਤੁਸੀਂ ਹੀ ਇਸ ਨੂੰ ਦਿੱਤੀਆਂ ਸਨ ਨਾਲ ਸਰਬੰਸਦਾਨ ਕਿਵੇਂ ਹੋ ਗਿਆ ਤਾਂ ਸੰਤਾ ਨੇ ਰਸ ਵਿੱਚ ਪਰ ਕਿਹ ਕੇਹਾ ਭਾਈ ਉੜੀਸਾ ਨੇ ਸਰੀਰ ਤੱਕ ਜੋ ਇਸ ਪਾਸ ਸੀ ਤੇ ਜਿਸ ਨੂੰ ਇਹ ਆਪਣਾ ਸਮਝਦਾ ਸੀ ਸਭ ਕੁਝ ਦੀ ਹੀ ਅਰਦਾਸ ਕਰਵਾ ਦਿੱਤੀ ਹੈ ਇਸ ਦਾ ਨਾਮ ਹੀ ਸਰਬਸਦਾਨ ਜਾਂ ਸਰਵੰਸਦਾਨ ਹੈ ਜੋ ਦਾਨ ਕਰਨਾ ਹਰ ਇੱਕ ਦਾ ਕੰਮ ਨਹੀਂ ਮੇਰੀ ਸੰਤਾ ਨਾਲ ਨਿਭਾ ਜਾਏ ਇੱਕ ਦਿਨ ਉੜੀਸਾ ਜੀ ਦੇ ਸੇਵਾ ਸਿਮਰਨ ਵਾਲੇ ਸੁਭਾਅ ਤੇ ਜੀਵਨ ਉੱਪਰ ਪ੍ਰਸੰਨ ਹੋ ਕੇ ਸੰਤ ਜੀ ਰਾਸ ਵਿੱਚ ਆ ਕੇ ਕਹਿਣ ਲੱਗੇ ਆ ਬਾਈ ਉੜੀਸਾ ਮੰਗਲਾ ਜੋਤਰੀ ਇੱਛਾ ਹੈ ਅਸੀਂ ਤੇਰੇ ਤੇ ਬਹੁਤ ਪਰਸੰਨ ਹਾਂ ਅੱਗੋਂ ਸੁਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਹੋਰ ਤਾਂ ਮੈਨੂੰ ਕੋਈ ਇੱਛਾ ਨਹੀਂ ਸਿਰਫ ਇੱਕੋ ਇੱਛਾ ਹੈ ਕਿ ਮੇਰੀ ਤੁਹਾਡੇ ਨਾਲ ਤੋੜ ਨਿਭ ਜਾਵੇ ਤੇ ਨਾਲ ਗੁਰਬਾਣੀ ਦੀਆਂ ਇਹ ਪੰਕਤੀਆਂ ਪੜ੍ਹੀਆਂ ਤੁਮ ਹਰ ਸੇਤੀ ਰਾਤੇ ਸੰਤਹ ਨਬਾਹੇ ਲੇਹੁ ਮੋ ਕਉ ਪੁਰਖ ਵਿਧਾਤੇ ਓੜ ਪਹਚਾਵਹੁ ਦਾਤੇ ਸੰਤਾਂ ਨੇ ਖੁਸ਼ ਹੋ ਕੇ ਕਿਹਾ ਕਲਗੀਧਰ ਜੀ ਦੀ ਮਿਹਰ ਸਦਕਾ ਤੇਰੀ ਸਾਡੇ ਨਾਲ ਤੋੜ ਤੱਕ ਨਿਭ ਜਾਵੇਗੀ ਉਸ ਵੇਲੇ ਸੁਣਨ ਵਾਲੇ ਸਿੰਘ ਇਸ ਭੇਦ ਭਰੀ ਵਾਰਤਾ ਲਾਪ ਨੂੰ ਨਾ ਸਮਝ ਸਕੇ ਉਹਨਾਂ ਸਿਰਫ ਇਹ ਗੱਲ ਹੀ ਸਮਝੀ ਕਿ ਓਡੀਸਾ ਕਹਿੰਦਾ ਹ ਮੈਨੂੰ ਜੇ ਜਥੇ ਨਾਲ ਤੋੜਿਆ ਇਹ ਤਾਂ ਸਦਾ ਜਥੇ ਵਿੱਚ ਹੀ ਰੱਖਿਆ ਜੇ ਅੰਤ ਤੱਕ ਭਾਵ ਪਰਲੋਕ ਤੱਕ ਨਾਲ ਨਿਭਣ ਦਾ ਭੇਦ ਤਾਂ ਕੀਰਤਪੁਰ ਸਾਹਿਬ ਪਤਾਲਪੁਰੀ ਵਿਖੇ ਖੁੱਲਿਆ ਜਦੋਂ ਆਪ ਸੰਤਾਂ ਦੇ ਅੰਗੀਠੇ 'ਚ ਛਾਲ ਮਾਰ ਕੇ ਸੰਤਾਂ ਦੇ ਸਰੀਰ ਨਾਲ ਹੀ ਅਗਨ ਭੇਟ ਹੋ ਗਏ ਭਾਈ ਗੁਰਮੁਖ ਸਿੰਘ ਜੀ ਓਡੀਸਾ ਦੇ ਅਗਨ ਭੇਟ ਹੋ ਜਾਣ ਵਾਲੀ ਅਨੋਖੀ ਘਟਨਾ ਨੂੰ ਵੇਖਣ ਵਾਲੀਆਂ ਸੰਗਤਾਂ ਜਥੇ ਦੇ ਸਿੰਘਾਂ ਪੰਥਕ ਮੁਖੀਆਂ ਪੰਜਾਬ ਦੇ ਮੰਤਰੀਆਂ ਅਧਿਕਾਰੀਆਂ ਪੁਲਿਸ ਦੇ ਸਿਵਲ ਅਫਸਰਾਂ ਤੇ ਸਰਕਾਰੀ ਕਰਮਚਾਰੀਆਂ ਦੀ ਹਰਾਨੀ ਦੀ ਹੱਦ ਨਾ ਰਹੀ ਤੇ ਸਾਰੇ ਸਿਰਫ ਇੱਕੋ ਹੀ ਗੱਲ ਯੱਕ ਜਬਾਨ ਹੋ ਕੇ ਕਹਿੰਦੇ ਸੁਣੇ ਗਏ ਕਿ ਧੰਨ ਗੁਰੂ ਧੰਨ ਗੁਰੂ ਦੇ ਸਿੱਖ ਸੰਤ ਖਾਲਸਾ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਤੇ ਧੰਨ ਹਨ ਉਹਨਾਂ ਦੇ ਜਥੇ ਦੇ ਸਿੰਘ ਭਾਈ ਗੁਰਮੁਖ ਸਿੰਘ ਜੀ ਓਡੀਸਾ ਇਹ ਪਾਣਾ ਕਿਵੇਂ ਵਰਤਿਆ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਦੱਸਿਆ ਕਿ 14 ਹਾੜ ਦੀ ਰਾਤ ਨੂੰ ਭਾਈ ਗੁਰਮੁਖ ਸਿੰਘ ਓਡੀਸਾ 11 ਵਜੇ ਤੱਕ ਸੰਤਾਂ ਕੋਲ ਪੱਖਾ ਝੱਲਦਾ ਤੇ ਮੁੱਠੀ ਝਾਪੀ ਕਰਦਾ ਰਿਹਾ ਤੇ ਰਾਤ 11 ਵਜੇ ਸਰਦਾਰ ਦਲੀਪ ਸਿੰਘ ਜੀ ਸ਼ਾਹ ਮਹਿਤੇ ਵਾਲਿਆਂ ਦੀ ਬੰਬੀ ਤੇ ਆਪਣੇ ਆਸਨ ਤੇ ਜਾ ਬਰਾਜਿਆ 2 ਵਜੇ ਉੱਬੜਵਾਏ ਉੱਠਿਆ ਸਾਥੀਆਂ ਨੂੰ ਕਹਿਣ ਲੱਗਾ ਮੈਨੂੰ ਸੰਤ ਆਵਾਜ਼ਾਂ ਮਾਰ ਰਹੇ ਹਨ ਕਿ ਆਪ ਭਾਈ ਗੁਰਮੁਖ ਸਿੰਘ ਚਲਿਏ ਛੇਤੀ ਆ ਸਿੰਘਾਂ ਨੇ ਕਿਹਾ ਤੈਨੂੰ ਐਵੇਂ ਸੁਪਨਾ ਆਇਆ ਹੋਣਾ ਸੰਤ ਤਾਂ ਇਸ ਸਮੇਂ ਬਰਾਜੇ ਹੋਣਗੇ ਪਰ ਉਹ ਆਪਣੀ ਧੁਨ ਵਿੱਚ ਤੁਰਿਆ ਗਿਆ ਜਦ ਨੇੜੇ ਆਪੜਿਆ ਤਾਂ ਇੱਕ ਸਿੰਘ ਨੇ ਦੱਸਿਆ ਕਿ ਸੰਤ ਜੀ ਤਾਂ ਸੱਚਖੰਡ ਨੂੰ ਚੜ੍ਹਾਈ ਕਰ ਗਏ ਹਨ ਸੁਣਦੇ ਆਂ ਸਾਰ ਕਾਲਜਾ ਫੜ ਕੇ ਬੈਠ ਗਿਆ ਰੋਣਾ ਚਾਹੁੰਦਾ ਸੀ ਪਰ ਰੋ ਨਹੀਂ ਸਕਿਆ ਪੱਥਰ ਦੀ ਮੂਰਤੀ ਵਾਂਗ ਜੜ ਹੋ ਗਿਆ ਸੰਤਾਂ ਦੇ ਪਲੰਗ ਕੋਲ ਜਾ ਕੇ ਫਤਿਹ ਬੁਲਾ ਕੇ ਨਿੰਮੋ ਝੂਣਾ ਜਿਆ ਹੋ ਕੇ ਬੈਠ ਗਿਆ ਸੰਤਾਂ ਦੇ ਸਰੀਰ ਦਾ ਇਸ਼ਨਾਨ ਕਰਵਾਉਣ ਵੇਲੇ ਵੀ ਨਾਲ ਸ਼ਾਮਲ ਸੀ ਇਸ ਨੇ ਸਵੇਰ ਤੋਂ ਕੁਝ ਵੀ ਨਹੀਂ ਸੀ ਖਾਧਾ ਪੀਤਾ ਸ਼ਾਮ ਦੇ 4 ਵਜੇ ਸਰਹਾਲੀ ਪਿੰਡ ਇੱਕ ਲੱਸੀ ਦਾ ਗਲਾਸ ਬਧੋ ਬਦੀ ਸਿੰਘਾਂ ਨੇ ਪਲਾਇਆ ਸੰਤਾਂ ਵਾਲੇ ਟਰੱਕ ਵਿੱਚ ਨਾਲ ਹੀ ਰਿਹਾ ਭਿੰਡਰੀ ਟਰੱਕ ਆਪੜਨ ਤੇ ਬਾਕੀ ਸਿੰਘਾਂ ਤਾਂ ਉਤਰ ਕੇ ਲੰਗਰ ਛਕਣ ਆਸਣ ਲਾਉਣ ਜਾਂ ਜ਼ਰੂਰੀ ਕੰਮਾਂ ਵਿੱਚ ਰੁੱਝ ਗਏ ਪਰ ਇਹ ਟਰੱਕ ਨਾਲ ਹੀ ਰਿਹਾ ਮਹਾਪੁਰਖਾਂ ਦੇ ਸਰੀਰ ਨਾਲ ਸਾਰੇ ਜਥੇ ਦਾ ਸਮਾਨ ਸੀ ਗੁਰਮੁਖ ਸਿੰਘ ਨੇ 2-2 ਤੇ 3 ਟਰੰਕ ਵੀ ਚੁੱਕੇ ਤੇ ਹੋਰ ਸਿੰਘਾਂ ਨਾਲ ਲੱਗ ਕੇ ਸਾਰੇ ਟਰੰਕ ਗੁਰਦੁਆਰੇ ਦੀ ਗੈਲਰੀ ਵਿੱਚ ਰੱਖ ਦਿੱਤੇ ਸਮਾਨ ਟਿਕਾਣੇ ਤੇ ਪਹੁੰਚਾਉਣ ਬਾਅਦ ਗੁਰਮੁਖ ਸਿੰਘ ਸੰਤਾਂ ਦੇ ਸਰੀਰ ਕੋਲ ساری ਰਾਤ ਹੀ ਬੈਠਾ ਰਿਹਾ ਸਸਕਾਰ ਤੋਂ ਪਹਿਲਾਂ ਪਤਾਲਪੁਰੀ ਸਿੰਘਾਂ ਨਾਲ ਮਿਲ ਕੇ ਸੰਤਾਂ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਇੱਕ ਸਿੰਘ ਨੇ ਦੱਸਿਆ ਕਿ ਸੰਤਾਂ ਦੇ ਸਰੀਰ ਦਾ ਇਸ਼ਨਾਨ ਕਰਾਉਣ ਉਪਰੰਤ ਓਡੀਸਾ ਜੀ ਨੇ ਆਪ ਨਦੀ ਵਿੱਚ ਜਾ ਕੇ ਇਸ਼ਨਾਨ ਕੀਤਾ। ਮਹਾਪੁਰਖਾਂ ਦੇ ਇਸ਼ਨਾਨ ਸਮੇਂ ਉਤਾਰੇ ਬਸਤਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਾਸ ਸਨ। ਉਹਨਾਂ ਕੋਲੋਂ ਸੰਤਾਂ ਦੇ ਸੀਸ ਵਾਲੀ ਦਸਤਾਰ ਲੈ ਕੇ ਆਪਣੇ ਸੀਸ ਤੇ ਸਜਾ ਲਈ। ਚਿਖਾ ਵਾਲੀ ਥਾਂ ਤੋਂ ਨੇੜੇ ਨਦੀ ਵਾਲੇ ਪਾਸੇ ਝਾੜੀਆਂ ਵਿੱਚ ਬੈਠ ਕੇ ਜਪਜੀ ਸਾਹਿਬ ਤੇ ਸੋਹਲੇ ਦਾ ਪਾਠ ਕੀਤਾ। ਖੜੇ ਹੋ ਕੇ ਅਰਦਾਸ ਕੀਤੀ ਸਿੰਘ ਸਮਝਦੇ ਰਹੇ ਕਿ ਸੰਤਾਂ ਲਈ ਅਰਦਾਸ ਕਰਦਾ ਹੈ ਪਰ ਇਹ ਸਾਰੀ ਤਿਆਰੀ ਆਪਣੇ ਸੰਸਕਾਰ ਦੀ ਕਰ ਰਿਹਾ ਸੀ ਚਿਖਾ ਨੂੰ ਅਗਨੀ ਦਿੱਤੀ ਗਈ ਉੱਚੇ ਲਾਂਬੂ ਨਿਕਲੇ ਤੇ ਗੁਰਮੁਖ ਸਿੰਘ ਦੂਜੇ ਸਿੰਘਾਂ ਨਾਲ ਰਲ ਕੇ ਅੰਗੀਠੇ ਦੇ ird gird ਬਾਲਣ ਨੂੰ ਚੁੱਕ ਕੇ ਅੰਗੀਠੇ ਵਿੱਚ ਸੁੱਟਦਾ ਰਿਹਾ ਇਸੇ ਤਰ੍ਹਾਂ ਅੰਗੀਠੇ ਦੀਆਂ ਚਾਰ ਪ੍ਰਕਰਮਾਂ ਕੀਤੀਆਂ ਜਦੋਂ ਬਾਕੀ ਸਿੰਘ ਦੂਜੇ ਪਾਸੇ ਸਨ ਤਾਂ ਨਦੀ ਦੀ ਤਰਫੋਂ ਦੌੜ ਕੇ ਚਿਖਾ ਵਿੱਚ ਛਾਲ ਮਾਰ ਦਿੱਤੀ ਸਰਦਾਰ ਅਵਤਾਰ ਸਿੰਘ ਨੇ ਉਸ ਦਾ ਪੈਰ ਫੜਨਾ ਚਾਹ ਪਰ ਪੈਰ ਹੱਥੋਂ ਨਿਕਲ ਗਿਆ ਰਾਗੀ ਬਚਿੱਤਰ ਸਿੰਘ ਨੇ ਵੀ ਆਪਣਾ ਪਰਣਾ ਦੋਹਾਂ ਲੜਾਂ ਤੋਂ ਫੜ ਕੇ ਐਉਂ ਛੁੱਟਿਆ ਜਿਵੇਂ ਉਹ ਪੈਰ 'ਚ ਅੜ ਜਾਵੇ ਤਾਂ ਉਸ ਨੂੰ ਬਾਹਰ ਖਿੱਚ ਲਿਆ ਜਾਵੇ ਪਰ ਅੱਗ ਦੀ ਤੇਜ਼ੀ ਕਰਕੇ ਪਰਣਾ ਇੱਕ ਸੈਕਿੰਡ ਤੋਂ ਪਹਿਲਾਂ ਸੜ ਕੇ ਸੁਆਹ ਹੋ ਗਿਆ ਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਵੀ ਬਚਾਉਣ ਦਾ ਯਤਨ ਕੀਤਾ ਇਤਿਹਾਸਿਕ ਘਟਨਾ ਦੁਹਰਾਈ ਗਈ ਉਸ ਵਕਤ ਮੇਰਾ ਖਿਆਲ ਪਤਾਲਪੁਰੀ ਤੇ ਇਸੇ ਹੀ ਸਥਾਨ ਤੇ ਹੋਈ ਇਸੇ ਤਰ੍ਹਾਂ ਦੀ ਹੀ ਇੱਕ ਇਤਿਹਾਸਿਕ ਘਟਨਾ ਵੱਲ ਚਲਾ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਤਮ ਸੰਸਕਾਰ ਸਮੇਂ ਅੰਗੀਠੇ ਵਿੱਚ ਰਾਜਾ ਰਾਮ Rajput ਅਤੇ ਜੱਟ ਦਾ ਪੁੱਤਰ ਛਾਲ ਮਾਰ ਕੇ ਅਗਨ ਭੇਟ ਹੋ ਗਏ ਸਨ ਇਸ ਘਟਨਾ ਦਾ ਜਿਕਰ ਮੁਸਲਮਾਨ ਇਤਿਹਾਸਕਾਰ ਮੁਹਸਨ ਫਾਨੀ ਨੇ ਆਪਣੀ ਕਿਤਾਬ ਦਬਸਤਾਨ ਮਜਾਹਿਬ ਵਿੱਚ ਕੀਤਾ ਹੈ ਜਿਸ ਦੀ ਫਾਰਸੀ ਵਿੱਚ ਨਕਲ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਿੱਚ ਨੰਬਰ 1646 ਤੋਂ 112 ਤੇ ਪਈ ਹੈ ਉਸ ਦੇ ਪੰਨਾ 83 ਤੇ یوں ਲਿਖਿਆ ਹੈ ਰੋਜ ਯੱਕ ਸ਼ੰਬਾ ਸੇਮ ਮੁਹਰਮ ਉਲ ਹਰਾਮ 1055 ਹਿਜਰੀ ਗੁਰੂ ਸਫਰ ਆਖਰਤ ਅਖਤਿਆਰ ਕਰਦ ਚੂੰ ਜੁਸਾ ਊ ਰਾ ਬਾ ਲਾਏ ਹੇਜਮ ਗੁਜਾਸ਼ਤ ਹੈ ਆਤਸ਼ ਜਦੰਦ ਵਾ ਜਵਾਨਾਏ ਆਤਸ਼ ਬਲੰਦ ਸ਼ੁਦ ਰਾਜਾ ਰਾਮ ਨਾਮ ਰਾਜਪੂਤੇ ਕੇ ਮੁਲਾਜ਼ਮ ਊ ਬੂਦ ਖੁਦ ਰਾ ਦਰ ਆਤਸ਼ ਅਫਰੀਦ ਵਾ ਚੰਦ ਕਦਮ ਬਰ ਆਤਸ਼ ਬਰਦਾਸ਼ਤ ਤਾ ਖੁਦ ਰਾਬ ਪਾਏ ਗੁਰੂ ਰਸਾ ਨੀਦ ਰੂਹੇ ਖੁਦ ਰਾ ਵਰ ਕਫੇ ਪਾਏ ਉ ਗੁਜਾਸ਼ਤ ਵਾ ਹਰਕਤ ਨਾ ਕਰ ਦਤਾ ਜਾਣ ਦਾਦ ਪਸ ਅਜ ਉਹ ਪਿਸਰ ਜੱਟੇ ਕੇ ਖਿਦਮਤ ਦਾਮਾਦ ਗੁਰੂ ਮੇ ਕਰਦ ਦਰ ਆਤਿਸ਼ ਜਸਤ ਵਾ ਬਾਦ ਅਜਾਂ ਜੁਮਾਈ ਕਸੀਰ ਉਲਹੰਦ ਜਸਤਨ ਕਰਦੰਦ ਗੁਰੂ ਹਰ ਰਾਏ ਮਨ ਸ਼ੁਦ ਉਪਰੋਕਤ ਫਾਰਸੀ ਹੱਥ ਲਿਖਤ ਦਾ ਉਲੱਥਾ ਪ੍ਰਸਿੱਧ ਇਤਿਹਾਸਕਾਰ ਹਰੀ RAM ਗੁਪਤਾ ਨੇ ਸਿੱਖ ਇਤਿਹਾਸ ਦੇ ਪ੍ਰਮੁੱਖ ਸੋਮੇ ਨਾਮ ਦੇ ਲੇਖ ਵਿੱਚ ਪੰਨਾ 5 ਤੇ ਇਸ ਤਰ੍ਹਾਂ ਲਿਖਿਆ ਹੈ ਐਤਵਾਰ ਦੇ ਦਿਨ ਮਹੀਨਾ ਮੁਹਰਮ ਦੀ 3 ਤਰੀਕ 1055 ਹਿਜਰੀ ਨੂੰ ਜਦ ਉਹਨਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਹ ਨੂੰ ਚਿਤਾ ਤੇ ਰੱਖ ਕੇ ਅਗਨੀ ਲਾਈ ਗਈ ਤੇ ਜਦ ਅੱਗ ਦੇ ਉੱਚੇ ਲਾਂਬੂ ਨਿਕਲੇ ਤਾਂ ਗੁਰੂ ਸਾਹਿਬ ਦੇ ਇੱਕ ਰਾਜਪੂਤ ਨੌਕਰ ਰਾਜਾ ਰਾਮ ਨੇ ਝਟਪਟ ਅੱਗ ਵਿੱਚ ਛਾਲ ਮਾਰ ਦਿੱਤੀ ਥੋੜੀ ਦੇਰ ਵਿੱਚ ਅੱਗ ਵਿੱਚ ਜਾ ਕੇ ਉਹ ਗੁਰੂ ਸਾਹਿਬ ਦੇ ਚਰਨਾਂ ਕੋਲ ਪੁੱਜ ਗਿਆ ਉਸ ਨੇ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ ਉੱਤੇ ਰੱਖ ਦਿੱਤਾ ਤੇ ਉਦੋਂ ਤੀਕ ਨਹੀਂ ਚੁੱਕਿਆ ਜਦ ਤੀਕ ਉਹ ਭਸਮਣਾ ਹੋ ਗਿਆ ਉਸ ਦੇ ਮਗਰੋਂ ਜੱਟਾਂ ਦੇ ਇੱਕ ਮੁੰਡੇ ਨੇ ਜਿਹੜਾ ਉਹਨਾਂ ਦਾ ਜਵਾਈ ਕੋਲ ਨੌਕਰ ਸੀ ਮੱਚ ਦੀ ਚੇਖਾ ਵਿੱਚ ਛਾਲ ਮਾਰ ਦਿੱਤੀ ਇਸ ਤੋਂ ਮਗਰੋਂ ਬਹੁਤ ਸਾਰਿਆਂ ਨੇ ਇਹ ਰੀਸ ਕਰਨੀ ਚਾਹੀ ਪਰ ਗੁਰੂ ਹਰ राय ਜੀ ਨੇ ਇਉਂ ਕਰਨੋਂ ਰੋਕ ਦਿੱਤਾ 29 ਜੂਨ 1969 ਈਸਵੀ ਨੂੰ ਸ਼ਾਮ ਦੇ 4 ਵਜੇ ਪੰਥ ਪ੍ਰਸਿੱਧ ਹਸਤੀ ਮਹਾਪੁਰਖ ਸ਼ਬਦ ਦੇ ਸਹੀ ਅਰਥਾਂ ਵਿੱਚ ਦਸਾਂ ਸਤਗੁਰਾਂ ਦੇ ਅਨੰਨ ਸਿੱਖ ਸ਼ਾਂਤ ਆਤਮਾ ਪੂਰਨ ਬ੍ਰਹਮ ਗਿਆਨੀ ਪਰਮ ਸੰਤ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਵਾਜੇ ਨਖਾਲਸ ਅਤੇ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਲਾਸਾਨੀ ਅਰਥ ਗਿਆਤਾ ਵਿਆਖਿਆਕਾਰ ਤੇ ਗੁਰਮਤ ਅਚਾਰਿਆ ਗਿਆਨੀ ਗੁਰੂਦਰਮ ਬਰਸਾਈ ਰੂਹ ਗੁਰੂ ਤੇ ਵੈਗੁਰੂ ਦੇ ਬਾਣੇ ਵਿੱਚ ਚੱਲਣ ਵਾਲੀ ਪਵਿੱਤਰ ਜ਼ਿੰਦਗੀ ਪਰ ਉਪਕਾਰੀ ਜਗਤ ਵਿਖਿਆਤ ਨਾਮ ਵਰ ਸ਼ਖਸ਼ੀਅਤ ਸੁੰਦਰ ਸੂਰਤ ਮੋਹਣੀ ਮੂਰਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਨੂੰ ਮੂਰਤੀ ਮਾਨ ਕਰਨ ਵਾਲੀ ਮਹਾਨ ਅਦੁੱਤੀ ਵਿਅਕਤੀ ਨਿਰਭਉ ਤੇ ਨਿਰਵੈਰ ਹਿਰਦੇ ਦੇ ਮਾਲਕ ਸ੍ਰੀ ਮਾਨ ਸਤਕਾਰਯੋਗ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅੰਗੀਠੇ ਦੀਆਂ ਉੱਚੀਆਂ ਨਿਕਲ ਰਹੀਆਂ ਲਾਟਾਂ ਵਿੱਚ ਦੀ ਲੰਘ ਕੇ ਉਹਨਾਂ ਦੇ ਸਰੀਰ ਨਾਲ ਭਾਈ ਗੁਰਮੁਖ ਸਿੰਘ ਉੜੀਸਾ ਨੇ ਲਿਫਟ ਕੇ ਉਹਨਾਂ ਦੇ ਸਰੀਰ ਦੀ ਰਾਖ ਨਾਲ ਆਪਣੇ ਸਰੀਰ ਦੀ ਰਾਖ ਨੂੰ ਇੱਕ ਮਿਕ ਕਰ ਲਿਆ ਮੈਂ ਉਸ ਸਮੇਂ ਇਹ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਸਾਂ ਉਸ ਵਕਤ ਜੇ ਪੁਲਿਸ ਕਾਬੂ ਨਾ ਪਾਉਂਦੀ ਤਾਂ ਸ਼ਾਇਦ ਅਜੇਹਾ ਕੋਈ ਹੋਰ ਵੀ ਭਾਣਾ ਵਰਤ ਜਾਂਦਾ ਕਿਉਂਕਿ ਮਹਾਪੁਰਖਾਂ ਦਾ ਵਿਛੋੜਾ ਨਾ ਸਹਾਰਿਆ ਜਾਣ ਵਾਲਾ ਸੀ ਇਥਾ ਇਹੋ ਵਿਛੋੜਾ ਸਹਿਆਣਾ ਜਾਏ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਗੜਬਈ ਅਤੇ ਕੁਝ ਹੋਰ ਸਿੰਘਾਂ ਉੱਤੇ ਪਹਿਲਾਂ ਹੀ ਪਹਿਰਾ ਲਾਇਆ ਹੋਇਆ ਸੀ ਕਿ ਇਸ ਵਿਛੋੜੇ ਵਿੱਚ ਅਜਿਹਾ ਹੀ ਕੋਈ ਭਾਣਾ ਨਾ ਵਰਤਾ ਦੇਣਾ ਜਿਸ ਦਾ ਦ੍ਰਿਸ਼ ਲੱਖਾਂ ਪ੍ਰੇਮੀਆਂ ਨੇ ਆਪਣੀਆਂ ਅੱਖਾਂ ਸਾਹਮਣੇ ਤੱਕਿਆ ਸੀ ਉਪਰੋਕਤ ਇਤਿਹਾਸਿਕ ਘਟਨਾ ਵਰਗੀ ਹੀ ਇਤਿਹਾਸਿਕ ਘਟਨਾ ਇਸ ਬਾਰੇ ਲਖਾਰੀ ਮੁਹਸਨ ਫਾਨੀ ਨੇ ਲਿਖਿਆ ਸੀ ਕਿ ਹਜ਼ਾਰਾਂ ਸ਼ਰਧਾਲੂਆਂ ਦੇ ਦੇਖਦਿਆਂ ਦੇਖਦਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਰਮ ਸੇਵਕ ਅਗਨ ਭੇਟ ਹੋਏ ਸੀ ਅੱਜ ਦੇ ਇਸ ਦੌਰ ਵਿੱਚ ਉਸੇ ਇਤਿਹਾਸਿਕ ਘਟਨਾ ਨੂੰ ਭਾਈ ਗੁਰਮੁਖ ਸਿੰਘ ਜੀ ਨੇ ਦੁਹਰਾਇਆ ਇਸ ਇਤਿਹਾਸਿਕ ਘਟਨਾ ਬਾਰੇ ਦਸਹਿਰੇ ਵਾਲੇ ਦਿਨ ਭਿੰਡਰੀ ਲੱਖਾਂ ਦੇ ਇਕੱਠ ਵਿੱਚ ਮਹਾਨ ਵਿਦਵਾਨ ਸਰਦਾਰ ਅਮਰ ਸਿੰਘ ਜੀ ਦਸਾਂਜ ਨੇ ਬੜੇ ਪ੍ਰਭਾਵ ਵਿੱਚ ਸਟੇਜ ਤੇ ਦੱਸਦੇ ਹੋਏ ਕਿਹਾ ਸੀ ਕਿ ਜਿਸ ਤਰ੍ਹਾਂ ਮਹਾਂਪੁਰਖਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਰਹੇਗਾ ਉਥੇ ਨਾਲ ਹੀ ਭਾਈ ਗੁਰਮੁਖ ਸਿੰਘ ਜੀ ਦਾ ਨਾਮ ਵੀ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਮਿਸਾਲ ਦੇ ਤੌਰ ਤੇ ਲਿਆ ਜਾਵੇਗਾ